ਇਹ ਪੰਜਾਬ ਦਾ ਉਹ ਕਲਚਰ ਜੀ ਜਿਹੜਾ ਅੱਜ ਤੋਂ ਕੋਈ 50-60 ਸਾਲ ਪਹਿਲੇ ਇਸਤੇਮਾਲ ਹੁੰਦਾ ਸੀ। ਲੋਕ ਇਸ ਤਰ੍ਹਾਂ ਪਾਣੀ ਕੱਢ ਕੇ ਆਪਣੀਆਂ ਫਸਲਾਂ ਲਾਉਂਦੇ ਸੀ। ਇਹ ਜੀ ਇੰਡੀਆ ਵਾਲੀ ਸਾਈਡ 'ਤੇ ਇੰਡੀਆ ਵਾਲਿਆਂ ਦਾ ਪਿੰਡ, ਅਗਰ ਕੋਈ ਵੀ ਇਸ ਪਿੰਡ 'ਚ ਸਾਡੀ ਵੀਡੀਓ ਵੇਖ ਰਿਹਾ ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ, ਇਸ ਪਿੰਡ ਦਾ ਨਾਮ ਵੀ ਉਹ ਜ਼ਰੂਰ ਦੱਸੇ। ਉਹ ਵੱਟਾਂ ਜਿਹੜੀਆਂ ਨੇ ਇਹ ਪਾਕਿਸਤਾਨ ਵਾਲਿਆਂ ਨੇ ਬੀਜਿਆ ਹੋਇਆ, ਇਸ ਤੋਂ ਪਰਾਂ ਜਿਹੜਾ ਝੋਨਾ ਨਜ਼ਰ ਆ ਰਿਹਾ ਇਹ ਲਾਈਨ ਤੋਂ ਉਰਾਂ, ਇਹ ਨਾਲ ਨਾਲ ਇੰਡੀਆ ਦਾ ਝੋਨਾ ਹੈ ਜੀ। ਬਣ ਨੂੰ ਜਾਣਾ ਕਿਹੜਾ ਰਾਹ ਚਾਹੀਦਾ ਹੈ? ਆਪਣੇ ਘਰ ਛੱਡ ਕੇ ਦੂਰ ਜਾਣਾ ਪੈਂਦਾ, ਇਸ ਲਈ ਉਹ ਇਸ ਜਗ੍ਹਾ ਤੇ ਘਰ ਇਹੋ ਜਿਹਾ ਬਣਾਉਂਦੇ ਨੇ ਤਾਂ ਕਿ ਕੱਲ ਨੂੰ ਰੁੜ ਵੀ ਜਾਵੇ ਤਾਂ ਮਸ ਅਸਲਾਮੁ ਅਲੈਕੁਮ ਗਾਈਜ਼, ਵੈਲਕਮ ਬੈਕ ਇੱਕ ਨਵੇਂ ਅਤੇ ਬਿਹਤਰੀਨ ਵਲੋਗ ਦੇ ਨਾਲ ਹੋ ਗਿਆ ਜੀ ਹਾਜ਼ਰ। ਕੀ ਹਾਲ ਚਾਲ ਹੈ ਮੇਰਿਆਂ ਸਾਰਿਆਂ ਵੀਰਾਂ ਦਾ? ਉਮੀਦ ਕਰਦੇ ਹਾਂ ਸਾਰੇ ਵੀਰ ਠੀਕ ਠਾਕ ਹੋਣਗੇ, ਔਰ ਸਾਡੀ ਵੀ ਇਹ ਦੁਆ ਹੈ ਕਿ ਅੱਲਾਹ ਪਾਕ ਸਾਡੇ ਸਾਰੇ ਦੋਸਤਾਂ ਵੇਖਣ ਵਾਲਿਆਂ ਨੂੰ ਹਮੇਸ਼ਾ ਖੁਸ਼ ਰੱਖੇ, ਆਬਾਦ ਰੱਖੇ, ਹੱਸਦੇ ਵਸਦੇ ਜੀਂਦੇ ਰਹਿਣ। ਅਤੇ ਬਾਰਡਰ ਦੇ ਵਿਜ਼ਿਟ 'ਤੇ ਨਿਕਲੇ ਹੋਏ ਹਾਂ, ਕਸੂਰ ਵਾਲੀ ਸਾਈਡ 'ਤੇ ਚੱਲੇ ਹਾਂ ਬਾਰਡਰ। ਬਾਰਡਰ ਦੇ ਅੱਗੇ ਜਿਹੜਾ ਪਿੰਡ ਇੰਡੀਆ ਦਾ ਦਾਨ ਰਹਿਮਤ ਜਾਂ ਇਸ ਤਰ੍ਹਾਂ ਦਾ ਕੋਈ ਪਿੰਡ ਹੈ, ਪਹਿਲੇ ਵਾਲਾ ਮੈਨੂੰ ਭੁੱਲ ਗਿਆ ਅਤੇ ਐਂਡ ਵਾਲਾ ਰਹਿਮਤ ਯਾਦ ਹੈ। ਅਤੇ ਪਿੱਛੇ ਹਲਦੀ ਲੱਗੀ ਜੀ ਮੇਰੇ, ਕਾਫੀ ਸਾਰੀ ਚੈੱਕ ਕਰ ਸਕਦੇ ਹੋ। ਬਾਰਿਸ਼ ਹੋਈ ਹੈ ਇੱਧਰ ਬਹੁਤ ਜ਼ਿਆਦਾ, ਜਿਹਦੀ ਵਜ੍ਹਾ ਤੋਂ ਪਿੱਛੇ ਪਾਣੀ ਖੜ੍ਹਾ, ਮੋਟਰਸਾਈਕਲਾਂ ਉਹ ਅੱਗੇ ਮੁੰਡਾ ਲੈ ਗਿਆ ਅਤੇ ਜਾ ਕੇ ਬਾਰਡਰ ਦਿਖਾਉਂਦੇ ਹਾਂ। ਟੁੱਟ ਟੁੱਟ ਕੇ ਸਾਹ ਚੜ੍ਹ ਗਿਆ, ਬਾਰਡਰ ਦੇ ਬਿਲਕੁਲ ਕਰੀਬ ਆਏ ਖੜ੍ਹੇ ਹਾਂ। ਬੜਾ ਇੱਧਰਲਾ ਬਾਰਡਰ ਦਾ VIP ਇਲਾਕਾ, ਜਿਹੜਾ ਕਿ ਦਰਿਆ ਵੀ ਬਾਰਡਰ ਦੇ ਬਿਲਕੁਲ ਨਾਲ ਚੱਲਦਾ, ਸਤਲੁਜ ਦਰਿਆ ਜਿਹੜਾ ਹੈਡਗੜਾ ਸਿੰਘ ਕਸੂਰ ਵਾਲੀ ਸਾਈਡ ਤੋਂ ਆ ਰਿਹਾ ਜੀ। ਜ਼ਿਲ੍ਹਾ ਕਸੂਰ ਦੇ ਵਿੱਚ ਫਿਰਨੇ ਹਾਂ। ਇੱਥੋਂ ਇੰਡੀਆ ਦਾ ਜਿਹੜਾ ਸਾਹਮਣੇ ਸ਼ਹਿਰ ਹੈ, ਜ਼ਿਲ੍ਹਾ ਪੈਂਦਾ ਉਹ ਫਿਰੋਜ਼ਪੁਰ ਹੈ। ਕਸੂਰ ਦੇ ਬਾਰਡਰ ਤੋਂ 8-10 ਕਿਲੋਮੀਟਰ ਤਕਰੀਬਨ ਫਿਰੋਜ਼ਪੁਰ ਪੈ ਜਾਂਦਾ ਅਤੇ 12 ਕਿਲੋਮੀਟਰ ਜਿਹੜਾ ਉੱਥੋਂ ਕਸੂਰ ਹੈ। ਸਾਹ ਚੜ੍ਹ ਗਿਆ, ਗਰਮੀ ਤਾਂ ਖੈਰ ਚਲੋ ਐਡੀ ਕੋਣੀ, ਝਾੜੇ ਮਾੜਾ ਮੋਟਾ ਅਤੇ ਹਵਾ ਵੀ ਚੱਲਦੀ ਹੈ। ਅਸੀਂ ਹੁਣ ਕਰ ਲਿਆ ਜੀ ਦਰਿਆ ਪਾਰ ਅਤੇ ਇਹ ਬਾਰਡਰ ਦਾ ਅੱਗੇ ਇਲਾਕਾ ਹੋ ਰਿਹਾ ਸ਼ੁਰੂ। ਇਹ ਤੁਹਾਨੂੰ ਘਰ ਚੈੱਕ ਕਰਾਏ ਨੇ, ਵੇਖ ਲਓ ਬਾਰਡਰ ਏਰੀਏ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਦੇ ਘਰ ਹੁੰਦੇ ਨੇ, ਕੱਚੇ ਅਤੇ ਬਸ ਬਗੈਰ ਕੰਧਾਂ ਛੰਦਾਂ ਤੋਂ, ਕਿਉਂਕਿ ਇੱਥੇ ਇੱਕ ਤਾਂ ਪਾਣੀ ਦਾ ਬਹੁਤ ਖਤਰਾ ਹੁੰਦਾ, ਦਰਿਆ ਚੜ੍ਹ ਜਾਵੇ ਅਤੇ ਫਿਰ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਰ ਜਾਣਾ ਪੈਂਦਾ। ਇਸ ਲਈ ਉਹ ਇਸ ਜਗ੍ਹਾ 'ਤੇ ਘਰ ਇਹੋ ਜਿਹਾ ਬਣਾਉਂਦੇ ਨੇ ਤਾਂ ਕਿ ਕੱਲ੍ਹ ਨੂੰ ਰੁੜ ਵੀ ਜਾਵੇ ਅਤੇ ਮਸਲਾ ਨਾ ਹੋਵੇ। ਕੀਤਾ ਜੀ ਵਾਪਸੀ ਅਤੇ ਇੱਧਰ ਨੂੰ ਹੋਏ ਹਾਂ ਅਤੇ ਭਾਈ ਨੇ ਜਿਹੜਾ ਨਾ ਮੈਂ ਕਿਹਾ ਕਿਹਨੂੰ ਖਵਾਉਣੇ ਜਲੇਬੀ, ਅਤੇ ਜਲੇਬੀ ਖਾ ਰਹੇ ਹਾਂ। ਮੌਸਮ ਸਾਹਿਬ ਨੂੰ ਮੈਨੂੰ ਲੱਗਦਾ ਵਾ ਵੀ ਜਲੇਬੀ ਪਸੰਦ ਹੈ। ਦੇਖੋ ਇੱਧਰ ਚੇਡੂ ਸਾਹਿਬ, ਹਾਂਜੀ ਕੀ? ਹਾਂਜੀ ਨਾਜ਼ਰੀਨ ਆ ਜਾਓ ਖਾਣੀ ਨੇ ਜਲੇਬੀ, ਦਰਿਆ ਦੀ ਜਲੇਬੀ ਬੜੀ ਜ਼ਬਰਦਸਤ ਹੈ, ਜਿਹਨੇ ਖਾਣੀ ਹੈ ਆ ਜਾਓ ਜੀ, ਬਿਸਮਿਲ੍ਲਾ ਖਵਾਉਂਦੇ ਹਾਂ ਤੁਹਾਨੂੰ ਦਰਿਆ ਦੀ ਜਲੇਬੀ, ਜਿਹਨੇ ਨਹੀਂ ਖਾਣੀ ਫਿਰ ਅਸੀਂ ਦਿਖਾਉਂਦੇ ਚ ਬੈਠ ਯਾਰ ਆ ਜੀ। ਜਲੇਬੀ ਬੜੀ ਮਜ਼ੇ ਦੀ ਹੈ ਯਾਰ, ਹਾਂ ਮਿੱਠੀ ਹੈ। ਕਸੂਰ ਦਾ ਨਾ ਫਲੂਦਾ ਨਾ ਕੀ ਫਲੂਦਾ ਹੀ, ਹਾਂ ਕਸੂਰ ਦਾ ਨਾ ਫਲੂਦਾ ਮਸ਼ਹੂਰ ਹੈਗਾ ਯਾਰ, ਉਹ ਆਪਾਂ ਚੈੱਕ ਕਰਨਾ ਹੈ ਅਸੀਂ। ਠੀਕ ਠੀਕ ਹੈ ਨਾ, ਵੇਖੋ ਇਹ ਖੜੇ ਨੇ ਮੋਟਰਸਾਈਕਲਾਂ ਲੈ ਕੇ,
ਭਾਈ ਜਾਨ ਰਸਤਾ ਬੜਾ ਖਰਾਬ ਹੈਗਾ ਸੀ, ਦਰਿਆ ਦਾ ਲਾਗਾ ਹੈਗਾ ਸੀ ਤੇ ਵੇਖਦੇ ਪਏ ਦਰਿਆ ਦਾ ਕੀ ਲਾਗਾ, ਆਪ ਦਰਿਆ ਹੈਗਾ ਸਾਰਾ ਦਰਿਆ ਲਾਗੇ ਲਾਗਾ ਹੁੰਦਾ, ਲਾਗਾ ਕੀ ਹੁੰਦਾ, ਲਾਗੇ ਤਾਂ ਤੈਨੂੰ ਲੱਗੇ ਹੋਏ ਨੇ ਤੇ ਨਾ ਪੈਣੇ ਪਾਣੀ ਦੇ ਵਿੱਚੋਂ ਲੰਘ ਜਿਹੜੀ ਆਪ ਨੂੰ ਲੱਗੀ ਵਿੱਚ ਉਹ ਨਾ ਲੈ ਦਿੰਦਾ ਹੈ ਜੀ ਇਹ ਦਰਿਆ ਦਾ ਲਾਗਾ। ਯਾਰ ਮੈਂ ਬੋਲਦਾ ਹੀ ਕੋਈ ਦਿੱਕਤ ਤਾਂ ਕਰਕੇ ਭਾਈ ਯਾਸਿਨ ਦਾ ਜੀ ਫਿਰ ਇੱਕ ਵਾਰੀ ਬਹੁਤ ਸ਼ੁਕਰੀਆ ਸਪੈਸ਼ਲੀ ਕਿਉਂਕਿ ਟਾਈਮ ਕੱਢਿਆ ਤੇ ਸਾਡੇ ਨਾਲ ਜਿਹੜਾ ਨਾ ਅਸੀਂ ਧੋਂਦੇ ਜੋ ਫਿਰਨੇ ਆ ਗੱਜਲ ਖਰਾਬ ਤੇ ਭਾਈ ਯਾਸਿਨ ਜਿਹੜੇ ਨੇ ਉਹ ਵੀ ਨਾਲ ਟਾਈਮ ਦਿੱਤਾ ਜੀ ਇਹਨਾਂ ਦੀ ਬੜੀ ਮੁਹੱਬਤ ਤੇ ਇੱਥੇ ਤੇ ਮੋਟਰਸਾਈਕਲ ਤੇ ਬਹਿੰਦੇ ਆ ਫਿਰ ਉਹ ਜਿਹਾ ਰਾਹ ਆ ਜਾਂਦਾ ਫਿਰ ਲੈਣਾ ਪੈਂਦਾ ਨਿਕਲੀ ਭਾਈ ਯਾਸਿਨ ਆਈ ਆ ਮੈਂ ਆਪਾਂ ਗੱਲ ਜੇ ਪੈ ਗਏ ਹਾਂ ਪਾਣੀ ਨੇ ਰਾਹਾਂ ਦੇ ਛੱਡੇ ਤਾਂ ਨਵੇਂ ਰਾਹ ਲੱਭਦੇ ਲੱਭਦੇ ਜਿਹੜਾ ਨਾ ਉਹ ਇੱਧਰ ਨੂੰ ਅੱਗੇ ਪਿੱਛੇ ਜਿਹੜਾ ਨਿਕਲ ਗਏ। ਬਾਨੂ ਨੂੰ ਜਾਣਾ ਕਿਹੜਾ ਰਾਹ ਸਹੀ ਦਾ ਆ ਇੱਥੋਂ ਉਹਦਾ ਚੜੀਏ ਆਦਰੂ ਵੀ ਪਾਈ ਆਂਦਾ ਤੂੰ ਲੰਘ ਜਾ ਜਿਹੜਾ ਸਹੀ ਹੋਵੇ ਉਹ ਦੱਸਿਆ ਜੀ ਮਿਹਰਬਾਨੀ ਜੀ ਪਿਛਾ ਮੋੜੋ ਵੀ ਆਹ ਬੜੇ ਘਟਨ ਨੇ ਤੋਤਾ ਤੇ ਇੱਧਰ ਆਉਣਾ ਭਾਈ ਯਾਸਿਨ ਕਿ ਨਹੀਂ ਬਾਰਡਰ ਏਰੀਆ ਦੇ ਉੱਤੇ ਬੜੇ ਹੁੰਦੇ ਐ ਵੇਖ ਲਓ ਜੀ ਮਕਈ ਦੇ ਵਿੱਚ ਹੀ ਲਾਈ ਹੋਈ ਹੈ ਹਲਦੀ ਮਕਈ ਵਿੱਚ ਹੁਣ ਉਹਨਾਂ ਨੇ ਵੱਢ ਲੈਣੀ ਤੇ ਹਲਦੀ ਬਚ ਜਾਣੀ ਹੈ ਤੇ ਦੋ ਫਸਲਾਂ ਲੈ ਲੈਣਗੇ ਅਗਲੇ। ਆ ਗਿਆ ਜੀ ਬੰਨ ਤੇ ਬੰਨ ਦੇ ਨਾਲ ਨਾਲ ਵੀ ਉਹੀ ਕੰਮ ਹੈ ਜਿਹੜਾ ਪਿੱਛਾ ਕੰਮ ਸੀ ਇੱਥੇ ਵੀ ਨਹਿਰ ਚੱਲਦੀ ਪਈ ਐ ਵੇਖੋ ਖਾਇਆ ਨਹੀਂ ਛੱਡਦੀ ਪਈ ਭਲਾ ਯਾਸੀ ਨਹਿਰ ਯਾ ਉਹ ਅੱਗੋਂ ਦੀ ਇੱਧਰੋਂ ਵੇਖ ਲਓ ਚੱਲ ਭਾਈ ਦੇ ਮਗਰ ਜਾ ਹਾਂ ਇਹ ਬਾਨੇ ਜੀ ਦਫਾ ਵਾਸਤੇ ਹੁੰਦਾ ਇੱਥੋਂ ਪਰਾਂ ਤਕਰੀਬਨ ਇੰਜੀਏ ਜਿਵੇਂ ਇੰਡੀਆ ਬਿਲਕੁਲ ਨਾਲ ਹੀ ਆ ਗਿਆ ਅੱਗੋਂ ਤੁਹਾਨੂੰ ਚੜ੍ਹ ਕੇ ਚੈੱਕ ਕਰਾਉਂਦੇ ਹਾਂ ਹਿਸਾਬ ਕਿਤਾਬ ਸਾਰਾ ਜੀ। ਇਹ ਬਾਨੇ ਅਤੇ ਇੱਥੋਂ ਜ਼ੀਰੋ ਲਾਈਨ ਜ਼ੂਮ ਕਰਕੇ ਤੁਹਾਨੂੰ ਥੋੜ੍ਹੀ ਜਿਹੀ ਵਿਖਾਈਏ ਇਹ ਵੇਖੋ ਜੀ ਇਹ ਤਾਂ ਹੁਣ ਮੇਨ ਲੋਕੇਸ਼ਨ ਜਿਹੜੀ ਹੈ ਜਾਣਾ ਤਾਂ ਸੀ ਉੱਧਰ ਹਾਂ ਜਾ ਰਹੀ ਹੈ ਇਹਨੂੰ ਦੇਖਿਆ ਉਹ ਉੱਥੇ ਜ਼ਿਆਦਾ ਪਿਆਰੇ ਬਣਾਇਆ ਹਾਂ ਦਰਿਆ ਉੱਧਰ ਬਾਰਡਰ 'ਤੇ ਸਾਰਾ ਲੱਗਦਾ ਹੀ ਨਰਮ ਹੈ ਇੱਧਰ ਮੈਂ ਨਾ ਨਰਮਾ ਕੁਣੀ ਇੱਧਰ ਹਲਦੀ ਹੋ ਗਈ ਝੋਨਾ ਹੋ ਗਿਆ ਤੇਲ ਹੋ ਗਿਆ ਇੱਧਰ ਹੈ ਨਾ ਕਈ ਇੱਥੋਂ ਲੈ ਚੱਲ ਇਹ ਬਾਰਡਰ ਉਸ ਬਾਰਡਰ ਨਾਲ ਬੜੇ ਮੁਸ਼ਕਲ ਬੱਕਰੀਆਂ ਲਈ ਜਾਂਦਾ ਬਾਰਡਰ 'ਤੇ ਭਾਈ ਇਹ ਉਹ ਉੱਥੋਂ ਅਸੀਂ ਆਉਂਦਾ ਉੱਥੋਂ ਫਿਰ ਅਸੀਂ ਉਹਨਾਂ ਨੂੰ ਪਾਕਿਸਤਾਨ ਨੂੰ ਹੋਇਆ ਆਉਂਦਾ ਇਹ ਇੱਥੋਂ ਫਿਰ ਅਸੀਂ ਮਤਲਬ ਅਸੀਂ ਗੇੜੇ ਜਿਹਾ ਵੱਟ ਜਿਹਾ ਖਾਂਦਾ ਫਿਰਦਾ ਪਲੇਟਾਂ ਲੱਗੀਆਂ ਨੇ ਇਹਨਾਂ ਨੇ ਕਿਹਾ ਵੀ ਪਿਆਸ ਲੱਗੀ ਚਲੀਏ ਪਾਣੀ ਪੀ ਲਈਏ ਹੁਣ ਪੀਂਦੇ ਨੇ ਜੀ ਪਾਣੀ ਨਾਲ ਹੈ ਨਾਲ ਹੈ
ਪਾਣੀ ਪੀਣਾ ਬਸ। ਚੱਲ ਪੀ ਲੈ। ਕੀ ਪਾਣੀ? ਸਾਡੇ ਨਹੀਂ ਬਣਦੀਆਂ ਪਾਣੀ ਬਾਹਰ ਪੀਣਾ। ਪਾਣੀ ਪਤਾ ਨਹੀਂ ਲੱਤਾਂ ਮਾਨੂੰ ਪੀਣਾ ਬਸ ਜਿਹੜੀ ਉਹ ਮੈਨੂੰ ਵੀ ਲੱਗੀ ਹੈ। ਮੈਂ ਵੀ ਪੀਣਾ ਪਾਣੀ। ਮੌਸਮ ਨਾ ਫੜੀ ਨਾ ਪਾਣੀ ਕਾ ਪਾਣੀ ਬੜਾ ਠੰਡਾ ਹੈਗਾ। ਅੱਛਾ ਜ਼ਬਰਦਸਤ ਪਾਣੀ ਹੈ। ਕਿੰਨਾ ਠੰਡਾ? ਬੜਾ ਜਿਹਾ ਪਾਣੀ ਠੰਡਾ ਹੈ। ਅੱਛਾ ਇਹ ਵੀ ਚੰਗਾ ਮਿੱਠਾ ਕਿਉਂਕਿ ਬਾਰਡਰ ਦਰਿਆ ਦਾ ਪਾਣੀ ਹੈਗਾ ਬੜਾ ਜ਼ਬਰਦਸਤ। ਅੱਛਾ ਵਾਹ ਜੀ ਵਾਹ। ਪਾਣੀ ਚੇਡੂ ਕਹਿ ਰਿਹਾ ਵੀ ਬੜਾ ਮਿੱਠਾ ਅਤੇ ਚੰਗਾ ਪਾਣੀ। ਤੂੰ ਇਹਨੂੰ ਪੀ ਲੈਣ ਦੋ, ਤੂੰ ਮੈਂ ਵੀ ਪੀਣਾ। ਬਾਕੀ ਇਹ ਕਸੂਰਦਾਰੀ ਹੈ, ਪਾਣੀ ਇੱਥੇ ਵੀ ਜਿਹੜਾ ਨਾ ਉੱਚੇ ਹੀ ਨੇ। ਇਹ ਵੇਖੋ ਥੋੜ੍ਹਾ ਜਿਹਾ ਖੂਹ ਜਿਹੜਾ ਨਾ ਐਵੇਂ ਥੋੜ੍ਹਾ ਜਿਹਾ। ਹੁਣ ਜੀ ਮੈਂ ਪਾਣੀ ਪੀ ਲਵਾਂ। ਕੈਮਰਾ ਬੰਦ ਕਰਨਾ ਪੈਣਾ ਫਿਰ ਪੀਤਾ ਜਾਣਾ। ਉੱਧਰ ਜਾ ਕੇ ਪੀਂਦੇ ਆ ਜੀ। ਨਹੀਂ ਬਾਬਾ ਅਸੀਂ ਪਹਿਲੀ ਵਾਰ ਆ ਗਿਆ ਬਾਰਡਰ ਇੰਡੀਆ ਔਰ ਪਾਕਿਸਤਾਨ ਦਾ ਲਾਸਟ ਹਦੂਦ। ਇਹ ਇੱਥੋਂ ਜਿਹੜਾ ਇਹ ਸਾਹਮਣੇ ਝੋਨਾ ਖੜਾ ਨਾ ਉਰੇ ਆ ਦੋ ਵੱਟਾਂ ਜਿਹੜੀਆਂ ਨੇ ਕੁਛ ਵੀ ਨਹੀਂ ਬੀਜਿਆ, ਮਤਲਬ ਬੀਜਿਆ ਹੋਇਆ ਲੇਕਿਨ ਇੱਥੇ ਜੰਤਰ ਬੀਜਿਆ ਹੋਇਆ ਜਵਾਰ ਔਰ ਜੰਤਰ। ਇਹ ਪਾਕਿਸਤਾਨ ਵਾਲਿਆਂ ਨੇ ਬੀਜਿਆ ਹੋਇਆ। ਇਸ ਤੋਂ ਪਰਾਂ ਜਿਹੜਾ ਝੋਨਾ ਨਜ਼ਰ ਆ ਰਿਹਾ ਇਹ ਲਾਈਨ ਤੋਂ ਉਰਾਂ, ਇਹ ਨਾਲ ਨਾਲ ਇੰਡੀਆ ਦਾ ਝੋਨਾ ਹੈ ਜੀ। ਤਾਂ ਹੀ ਜਿਹੜੇ ਨੇ ਇਹ ਇੰਡੀਆ ਵਾਲਿਆਂ ਦੇ ਖੜ੍ਹੇ ਨੇ ਕਿਉਂਕਿ ਲਾਈਨ ਤੋਂ ਉਰੇ ਵੀ ਜਿਹੜਾ ਨਾ ਉਹਨਾਂ ਦੀ ਕਿੱਲੇ ਕਿੱਲੇ ਦੀ ਦੋ ਦੋ ਕਿੱਲਿਆਂ ਦੀ ਜ਼ਮੀਨ ਉਰਾਂ ਛੱਡੀ ਹੋਈ ਸੀ ਜਿਹਨੂੰ ਕਹਿੰਦੇ ਨੇ। ਇਸ ਤੋਂ ਪਰਾਂ ਉਹਨਾਂ ਨੇ ਆਪਣੀ ਲਾਈਨ ਆਪਣੀ ਜ਼ਮੀਨ 'ਚ ਲਾਈ ਹੋਈ ਹੈ। ਅਤੇ ਇਹ ਜਿਹੜੀ ਆਖਰੀ ਵੱਟ ਇਹ ਦਰਖਤ ਖੜ੍ਹਾ ਇਹਦੇ ਤੋਂ ਉਰਲੀ ਵੱਟ ਜਿਹੜੀ ਹੈ ਇਹ ਹਦੂਦ ਜੀ। ਇਸ ਉਰਾਂ ਪਾਕਿਸਤਾਨ ਪਰਾਂ ਇੰਡੀਆ। ਇਹ ਟਰਾਂਸਫਾਰਮ ਪਿਆ ਹੋਇਆ ਖੰਭੇ ਦੇ ਉੱਤੇ ਅਤੇ ਤਾਰਾਂ ਆ ਰਹੀਆਂ ਨੇ ਇਹ ਇੰਡੀਆ ਉਹਨਾਂ ਦੀਆਂ ਆ ਰਹੀਆਂ ਨੇ। ਅਤੇ ਇਸ ਤੋਂ ਪਰਾਂ ਪਰਾਂ ਇੰਡੀਆ ਔਰ ਉਰਾਂ ਪਾਕਿਸਤਾਨ। ਇੱਧਰੋਂ ਉਹ ਵੇਖੋ ਫਿਰ ਇੱਧਰ ਪਾਕਿਸਤਾਨ ਵਾਲੀ ਸਾਈਡ ਨੂੰ ਤਾਰਾਂ ਹੋ ਜਾਂਦੀਆਂ ਨੇ। ਪੂਰਾ ਵੀ ਉਹ ਜਿਹੜਾ ਝੋਨਾ ਉਹ ਜਿਹੜਾ ਵੱਡਾ ਦਰਖਤ ਖੜ੍ਹਾ ਉਹ ਇੰਡੀਆ ਦੀ ਹਦੂਦ ਦੇ ਵਿੱਚ ਹੈ। ਅਤੇ ਉਹ ਮਜ਼ੇ ਦੀ ਗੱਲ ਇਹ ਵੀ ਇਹ ਵੇਖੋ ਉਹ ਜਿਹੜਾ ਖੰਭਾ ਖੜ੍ਹਾ ਹੋਇਆ ਸਾਹਮਣੇ ਇਹ ਖੰਭਾ ਇੰਡੀਆ 'ਚੋਂ ਇਹ ਖੰਭਾ ਖੜ੍ਹਾ। ਇਸ ਤੋਂ ਤਾਰਾਂ ਇਸ ਖੰਭੇ 'ਤੇ ਆਉਂਦੀਆਂ ਨੇ ਹਾਲਾਂਕਿ ਤਾਰਾਂ ਪਿੱਛੇ ਨੇ। ਇਹ ਖੰਭਾ ਉੱਥੇ ਲੱਗਿਆ ਜਿਹੜਾ ਸੀ ਜਿਹਨੂੰ ਕਹਿ ਲਓ ਵੱਟ ਬੰਨਾ ਉਹਦੇ ਉੱਤੇ ਲੱਗਿਆ ਜਿਹੜਾ ਆਖਰੀ ਹਦੂਦ ਦੇ ਕੇ ਉੱਥੋਂ ਇੱਕ ਫੁੱਟ ਅਤੇ ਪਾਕਿਸਤਾਨ ਹੈ ਅਤੇ ਹਾਂ ਇੰਡੀਆ। ਚਲੋ ਚੈੱਕ ਕਰ ਲਓ ਜੀ।